Before I explain the workings and eligibility to post-retirement benefit, I must advise you this benefit is only for people, those who have worked in Canada in any capacity, employment or self-employment. Jay tusi sirf old age security ya GIS wagera waste eligible ho, then this benefit has absolutely nothing to do with old age security or GIS. ਸੋ ਹੁੰਦਾ ਕੀ ਹੈ ਜੀ, ਬਹੁਤ ਵਾਰ ਨੋਰਮਲੀ ਰਿਟਾਇਰਮੈਂਟ ਏਜ ਅਸੀਂ ਕੈਨੇਡਾ ਵਿੱਚ 65 ਗਿਣਦੇ ਹਾਂ, ਲੇਕਿਨ ਬਹੁਤ ਵਾਰ ਕੀ ਹੁੰਦਾ ਕਿ ਲੋਕ ਰਿਟਾਇਰਮੈਂਟ ਆਪਣੀ ਪਹਿਲਾਂ ਲੈ ਲੈਂਦੇ, 60 ਦੀ ਏਜ ਵਿੱਚ ਰਿਟਾਇਰਮੈਂਟ ਲੈ ਲੈਂਦੇ ਅਤੇ ਆਪਣੀ CPP ਜਾਂ ਕੈਨੇਡਾ ਪੈਨਸ਼ਨ ਪਲਾਨ ਸ਼ੁਰੂ ਕਰਵਾ ਲੈਂਦੇ ਆ। ਨਾਓ ਇਹ CPP ਜਿਹੜੀ ਹੈ, ਇਹ ਦਿਸ ਇਜ਼ ਅ ਕਾਇੰਡ ਆਫ ਅ ਫਿਕਸਡ ਅਮਾਊਂਟ ਫੋਰ ਰੈਸਟ ਆਫ ਯੂਅਰ ਲਾਈਫ, ਲੇਕਿਨ ਇਹ ਜਿਹੜਾ CPP ਹੈ ਹਰ ਸਾਲ ਥੋੜ੍ਹਾ ਥੋੜ੍ਹਾ ਇਨਕਰੀਜ਼ ਹੁੰਦਾ ਰਹਿੰਦਾ ਵਿਦ ਇਨਫਲੇਸ਼ਨ। ਨਾਓ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਲੋਕ ਆਪਣੀ CPP ਸ਼ੁਰੂ ਕਰਵਾ ਲੈਂਦੇ ਨੇ, ਲੇਕਿਨ ਉਸ ਤੋਂ ਬਾਅਦ ਵੀ ਇੰਪਲੋਇਮੈਂਟ, ਸੈਲਫ ਇੰਪਲੋਇਮੈਂਟ ਜਾਂ ਪਾਰਟ ਟਾਈਮ ਵਰਕ ਵਗੈਰਾ ਕੋਈ ਕਰਦੇ ਰਹਿੰਦੇ ਨੇ। ਸੋ ਅਗੇਨ, ਜਦੋਂ ਉਹ ਕੰਮ ਕਰਦੇ ਨੇ, ਓਬਵੀਅਸਲੀ ਦੇਅਰ ਇਜ਼ ਸਮ ਗਵਰਮੈਂਟ ਬੈਨੀਫਿਟ ਦੈਟ ਯੂ ਕੈਨ ਅਵੇਲ, ਐਂਡ ਦੈਟ ਬੈਨੀਫਿਟ ਇਜ਼ ਕਾਲਡ ਪੋਸਟ ਰਿਟਾਇਰਮੈਂਟ ਬੈਨੀਫਿਟ। ਸੋ ਹੁੰਦਾ ਕੀ ਹੈ ਜੀ, ਪਹਿਲੀ ਗੱਲ ਤਾਂ 70 ਤੋਂ ਬਾਅਦ, ਏਜ 70 ਤੋਂ ਬਾਅਦ ਜੇ ਤੁਸੀਂ ਕੰਮ ਕਰਦੇ ਹੋ, ਦੇਰ ਇਜ਼ ਐਬਸੋਲੂਟਲੀ ਨੋ CPP ਐਨੀਬਡੀ ਹੈਜ਼ ਟੂ ਪੇ। ਡਜ਼ਨਟ ਮੈਟਰ ਤੁਸੀਂ ਕਿੰਨਾ ਕੰਮ ਕਰ ਰਹੇ ਹੋ ਜਾਂ ਕਿੰਨਾ ਕੰਮ ਨਹੀਂ ਕਰ ਰਹੇ। ਨਾ ਬਿਟਵੀਨ ਏਜ 60 to 70, ਇਸ ਪੋਸਟ ਰਿਟਾਇਰਮੈਂਟ ਬੈਨੀਫਿਟ ਨੂੰ ਆਪਾਂ ਦੋ ਹਿੱਸਿਆਂ ਵਿੱਚ ਵੰਡ ਲੈਂਦੇ ਹਾਂ। ਸੋ ਪਹਿਲਾ ਹਿੱਸਾ ਹੈ ਜੀ, ਵੈਨ ਯੂ ਵਰਕ ਫਰੋਮ ਏਜ 60 to 65। ਹੁਣ ਤੁਸੀਂ 60 ਵਿੱਚ ਸਪੋਜ਼ ਰਿਟਾਇਰਮੈਂਟ ਡਿਕਲੇਅਰ ਕਰਤੀ, ਲੇਕਿਨ ਤੁਸੀਂ ਕੰਮ ਕਰਦੇ ਰਹੇ ਬਿਟਵੀਨ ਏਜ 60 to 65, ਯੂ ਮਸਟ ਕੋਂਟਰੀਬਿਊਟ ਟੂਵਰਡਸ CPP। ਤੁਹਾਡੇ ਕੋਲ ਕੋਈ ਚੋਇਸ ਨਹੀਂ ਹੈ, ਤੁਸੀਂ ਕੈਨੇਡਾ ਪੈਨਸ਼ਨ ਪਲਾਨ 'ਚ ਕੋਂਟਰੀਬਿਊਟ ਕਰਨਾ ਹੀ ਹੈ। ਸੋ ਜਿੰਨਾ ਵੀ ਤੁਸੀਂ ਕੰਮ ਕਰਦੇ ਹੋ ਬਿਟਵੀਨ ਏਜ 60 to 65, ਯੂ ਕੋਂਟਰੀਬਿਊਟਡ ਟੂ CPP, ਅਤੇ ਉਹਦਾ ਇੱਕ ਕੋਰਸਪੋਂਡਿੰਗ ਤੁਹਾਨੂੰ ਇੱਕ ਬੈਨੀਫਿਟ ਸ਼ੁਰੂ ਹੋ ਜਾਂਦਾ ਹੈ, ਉਹਨੂੰ ਆਪਾਂ ਕਹਿੰਦੇ ਹਾਂ ਪੋਸਟ ਰਿਟਾਇਰਮੈਂਟ ਬੈਨੀਫਿਟ। ਤੁਹਾਨੂੰ CPP 'ਤੇ ਜਿਹੜਾ ਰੈਗੂਲਰ ਮਿਲ ਰਿਹਾ ਉਹ ਤਾਂ ਮਿਲ ਹੀ ਰਿਹਾ, ਉਹਦੇ 'ਤੇ ਕੋਈ ਇਫੈਕਟ ਨਹੀਂ ਹੈ, ਲੇਕਿਨ ਕਿਉਂਕਿ ਤੁਸੀਂ 60 to 65 ਕੰਮ ਕੀਤਾ, ਤੁਸੀਂ ਕੋਂਟਰੀਬਿਊਟ ਕਰਨਾ ਮੈਂਡੇਟਰੀ ਹੈ, ਅਤੇ ਤੁਹਾਨੂੰ ਇੱਕ ਐਡੀਸ਼ਨਲ ਬੈਨੀਫਿਟ, ਪੋਸਟ ਰਿਟਾਇਰਮੈਂਟ ਬੈਨੀਫਿਟ ਮਿਲਣਾ ਸ਼ੁਰੂ ਹੋ ਜਾਂਦਾ ਹੈ। ਨਾ ਜਦੋਂ ਤੁਸੀਂ 65 ਦੀ ਏਜ ਵਿੱਚ ਪਹੁੰਚ ਗਏ, ਨਾ 65 to 70 ਦੀ ਏਜ ਵਿੱਚ ਜੇ ਤੁਸੀਂ ਫਿਰ ਵੀ ਕੰਮ ਅੱਗੇ ਕਰਦੇ ਰਹਿੰਦੇ ਹੋ, ਭਾਵੇਂ ਇੰਪਲੋਇਮੈਂਟ ਜਾਂ ਸੈਲਫ ਇੰਪਲੋਇਮੈਂਟ, ਤੁਹਾਡੇ ਕੋਲ ਇੱਕ ਚੋਇਸ ਹੈ ਕਿ ਤੁਸੀਂ CPP ਵਿੱਚ ਕੋਂਟਰੀਬਿਊਟ ਕਰਨਾ ਹੈ ਜਾਂ ਨਹੀਂ ਕਰਨਾ। ਜੇ ਤਾਂ ਨਹੀਂ ਕਰਨਾ ਕੋਂਟਰੀਬਿਊਟ, ਦੈਨ ਯੂ ਹੈਵ ਟੂ ਸੈਂਡ ਅ ਫੋਰਮ ਟੂ ਸਰਵਿਸ ਕੈਨੇਡਾ NCRA ਕਾਲਡ CPT 30, ਚਾਰਲੀ ਪਾਪਾ ਟੈਂਗੋ 30। ਸੋ ਇਹ ਫੋਰਮ ਜਿਹੜਾ ਹੈਗਾ ਤੁਸੀਂ ਡਾਊਨਲੋਡ ਕਰਕੇ ਗਵਰਨਮੈਂਟ ਨੂੰ ਭੇਜ ਸਕਦੇ ਹੋ, ਇਹ ਕਹਿ ਕੇ ਕਿ ਮੈਂ ਹੁਣ ਫਰਦਰ CPP ਵਿੱਚ ਕੋਂਟਰੀਬਿਊਟ ਨਹੀਂ ਕਰਨਾ ਚਾਹੁੰਦਾ, ਆਲਦੋ ਆਈ ਐਮ ਵਰਕਿੰਗ। ਸੋ ਆਫਟਰ ਏਜ 65 to 70, ਯੂ ਹੈਵ ਅ ਚੋਇਸ ਇਫ ਯੂ ਵਾਂਟ ਟੂ ਕੋਂਟਰੀਬਿਊਟ ਟੂਵਰਡਸ CPP ਔਰ ਨੋਟ। ਜੇ ਤੁਸੀਂ ਆਪਟ ਕਰਦੇ ਹੋ, ਜੇ ਤੁਸੀਂ ਚੂਜ਼ ਕਰਦੇ ਹੋ ਕਿ ਹਾਂ ਮੈਂ ਕੋਂਟਰੀਬਿਊਸ਼ਨ ਕਰਾਂਗਾ, ਉਹਦਾ ਫਾਇਦਾ ਇੱਕ ਇਹ ਹੋ ਜਾਂਦਾ ਹੈ ਕਿ ਇੱਕ ਤਾਂ ਤੁਹਾਡੀ ਕੋਂਟਰੀਬਿਊਸ਼ਨ ਜਾ ਰਹੀ ਹੈ, ਪਲੱਸ ਤੁਹਾਡਾ ਜਿਹੜਾ ਇੰਪਲੋਇਰ ਹੈ ਉਹ ਵੀ ਕੋਂਟਰੀਬਿਊਟ ਕਰ ਰਿਹਾ ਤੁਹਾਡੇ ਪੈਨਸ਼ਨ ਪਲਾਨ ਵਿੱਚ। ਸੋ ਯੂ ਆਰ ਗੈਟਿੰਗ ਐਕਚੁਲੀ ਸਮਟਾਈਮਸ ਮੋਰ ਬੈਨੀਫਿਟ ਬਾਏ ਕੋਂਟਰੀਬਿਊਟਿੰਗ ਟੂਵਰਡਸ CPP ਆਫਟਰ ਏਜ 65। ਅਤੇ ਜਿੱਦਾਂ ਹੀ ਤੁਸੀਂ ਕੋਂਟਰੀਬਿਊਸ਼ਨਸ ਕਰਦੇ ਹੋ, ਉਸ ਤੋਂ ਅਗਲੇ ਸਾਲ ਤੁਹਾਨੂੰ ਐਡੀਸ਼ਨਲ ਬੈਨੀਫਿਟ, ਰੈਗੂਲਰ CPP ਜਿਹੜੀ ਤੁਹਾਨੂੰ ਮਿਲ ਰਹੀ ਸੀ ਉਹ ਤਾਂ ਮਿਲੇਗੀ, ਲੇਕਿਨ ਐਡੀਸ਼ਨਲ PRB ਪੋਸਟ ਰਿਟਾਇਰਮੈਂਟ ਬੈਨੀਫਿਟ ਵੀ ਮਿਲਣਾ ਸ਼ੁਰੂ ਹੋ ਜਾਂਦਾ ਹੈ। ਨਾ ਸਮਟਾਈਮਸ ਪੀਪਲ ਥਿੰਕ ਕਿ ਹਾਂ ਹੁਣ ਮੈਂ 65 ਦਾ ਹੋ ਗਿਆ, ਹੁਣ ਮੈਂ CPP ਡਿਡਕਸ਼ਨਸ ਨਹੀਂ ਕਰਵਾਉਣੀ ਹੈ।
ਸੋ ਪਲੀਜ਼ ਡਿਸਕਸ ਦਿਸ ਵਿਦ ਯੂਰ ਐਡਵਾਈਜ਼ਰ ਕਿ ਉਹਦਾ ਸੀ ਪੀ ਪੀ ਡਿਡਕਸ਼ਨ ਕਰਵਾਉਣ ਦਾ ਫਾਇਦਾ ਹੈ ਜਾਂ ਨਹੀਂ ਹੈ, ਬਿਕੋਜ਼ ਮੋਸਟ ਆਫ ਦ ਕੇਸਿਸ ਵਿੱਚ, ਜਿੰਨੇ ਕੁ ਮੈਂ ਕੇਸਿਸ ਡੀਲ ਕੀਤੇ, ਮੋਸਟ ਆਫ ਦ ਕੇਸਿਸ ਵਿੱਚ ਸੀ ਪੀ ਪੀ ਡਿਡਕਸ਼ਨਸ ਕਰਵਾਉਣ ਦਾ ਫਾਇਦਾ ਹੈ, ਕਿਉਂਕਿ ਇੱਕ ਤਾਂ ਤੁਸੀਂ ਕੰਟਰੀਬਿਊਟ ਕਰ ਰਹੇ ਹੋ ਕਰੀਬਨ 5.95%, ਅਤੇ ਤੁਹਾਡਾ ਇੰਪਲੋਇਰ ਜਿਹੜਾ ਉਹ ਵੀ 6% ਤੁਹਾਨੂੰ ਫਰੀ ਮਨੀ ਦੇ ਰਿਹਾ, ਐਂਡ ਯੂ ਆਰ ਗੈਟਿੰਗ ਹਾਇਰ ਬੈਨੀਫਿਟ ਐਵਰੀ ਸਿੰਗਲ ਈਅਰ ਬਿਕੋਜ਼ ਆਫ ਦੈਟ ਐਕਸਟਰਾ ਕੰਟਰੀਬਿਊਸ਼ਨਸ। ਜੇ ਤੁਸੀਂ ਕਹਿੰਦੇ ਹੋ ਕਿ ਨਹੀਂ ਮੈਂ ਆਪਣੀ ਕੰਟਰੀਬਿਊਸ਼ਨਸ ਮੈਂ ਗਵਰਨਮੈਂਟ ਨੂੰ ਨਹੀਂ ਦੇਣੀ, ਬਟ ਆਈ ਵਿਲ ਇਨਵੈਸਟ ਇਟ ਮਾਈਸੈਲਫ, ਅਗੇਨ ਪਲੀਜ਼ ਥਿੰਕ ਕਿ ਤੁਸੀਂ ਇੰਨੇ ਇਨਵੈਸਟਮੈਂਟਸ ਹੈਵੀ ਹੋ ਜਾਂ ਨਹੀਂ ਹੋ, ਕਿ ਤੁਸੀਂ ਇਨਵੈਸਟਮੈਂਟਸ ਖੁਦ ਕਰ ਸਕਦੇ ਹੋ ਇੰਨੀ ਕੰਸਿਸਟੈਂਟਲੀ ਹਰ ਸਾਲ ਜਾਂ ਨਹੀਂ। ਸੋ ਅਗੇਨ ਦੋਜ਼ ਥਿੰਗਸ ਯੂ ਮਸਟ ਡਿਸਕਸ ਵਿਦ ਯੂਰ ਐਡਵਾਈਜ਼ਰ। ਆਈ ਹੋਪ ਦਿਸ ਇਨਫੋਰਮੇਸ਼ਨ ਮਾਈਟ ਬੀ ਯੂਸਫੁਲ ਟੂ ਯੂ। ਇਫ ਇਟ ਇਜ਼, ਪਲੀਜ਼ ਲਾਈਕ ਐਂਡ ਸ਼ੇਅਰ ਦ ਵੀਡੀਓ, ਅਤੇ ਜੇ ਤੁਹਾਡਾ ਕੋਈ ਆਪਣਾ ਕੁਐਸਚਨ ਹੈ ਰਿਟਾਇਰਮੈਂਟ ਬੈਨੀਫਿਟਸ ਨੂੰ ਲੈ ਕੇ, ਪਰਸਨਲ ਫਾਈਨੈਂਸਿਸ, RRSPs, TFSA, FHSA, ਯੂ ਕੈਨ ਆਲਵੇਜ਼ ਗਿਵ ਮੀ ਅ ਕਾਲ। ਨੰਬਰ ਉਹੀ ਹੈ ਜੀ, 416-270-1234, 416-270-1234। ਥੈਂਕਸ ਫੋਰ ਸਟਾਪਿੰਗ ਬਾਏ। ਸਾਗੁਨ ਗੋਇਲ।